ਬਾਊਸ ਨਹੀਂ ਹੁੰਦੇ ਮਿੱਤਰਾਂ ਦੇ ਚੈੱਕ ਨੇ ਉੱਚੀ ਉੱਚੀ ਸੁਣਦੇ ਆ ਲੱਗੇ ਡੈਕ ਨੇ। ਸ਼ਬ ਦੀ ਈਪੀ ਰਿਲੀਜ਼ ਹੋਈ ਲੀਓ, ਜਿਹਦੇ ਕਿ ਗਾਣਿਆਂ ਦੇ ਵਿੱਚ ਉਸਨੇ ਰਿਪਲਾਈ ਕੀਤੇ ਕੰਗਨਾ ਰਣੌਤ ਨੂੰ, ਕਿਉਂਕਿ ਕੰਗਨਾ ਰਣੌਤ ਨੇ ਸ਼ਬ ਦੇ ਅਗੇਂਸਟ ਸਟੋਰੀਆਂ ਪਈਆਂ ਸਨ ਕਿ ਇਹ ਐਂਟੀ ਨੈਸ਼ਨਲ ਹੈ ਵਗੈਰਾ ਵਗੈਰਾ। ਹੁਣੇ ਭਾਲਦੀ ਆ ਫੇਮ ਤੇਰੀ, ਮੂਵੀ ਵੀ ਨਾ ਚੱਲਦੀ, ਚਵਲ ਜਨਾਨੀ ਭੌਂਕੇ ਨੈਟ ਉੱਤੇ ਗੱਲਦੀ। ਦੂਜੇ ਪਾਸੇ ਕੰਗਨਾ ਦੀ ਖੁਦ ਦੀ ਮੂਵੀ ਤੇਜਸ ਵੀ ਸੁਪਰ ਫਲੋਪ ਰਹੀ। ਸਿਨੇਮਾ ਘਰਾਂ ਵਿੱਚ 4 to 5 ਲੋਕ ਫਿਲਮ ਨੂੰ ਦੇਖਣ ਜਾਂਦੇ ਸੀ ਤੇ ਕਦੇ ਕਦੇ ਉਹ ਵੀ ਨਹੀਂ। ਇਸ ਕਰਕੇ ਸ਼ਬ ਨੇ ਕਿਹਾ, ਫੜ ਫੜ ਲੀਡਰਾਂ ਦੇ ਹੱਥ ਫਿਰੇ ਚੱਲਦੀ ਨੀ, ਫਿਰ ਵੀ ਨਾ ਚੱਲਦੀ ਤੂੰ ਫੇਰ ਵੀ। ਕੰਗਨਾ ਨੇ ਜਦੋਂ ਸ਼ਬ ਦੇ ਅਗੇਂਸਟ ਬੋਲਿਆ ਤਾਂ ਸਾਰੀ ਬਾਲੀਵੁੱਡ ਜਿਵੇਂ ਕਿ ਵਿਰਾਟ ਕੋਹਲੀ ਤੇ ਹੋਰਾਂ ਨੇ ਸ਼ਬ ਨੂੰ ਅਨਫੋਲੋ ਵੀ ਕਰ ਦਿੱਤਾ। ਇੱਕ ਤਰੀਕੇ ਨਾਲ ਸਿਰਫ ਪੰਜਾਬ ਸ਼ਬ ਦੀ ਸਪੋਰਟ 'ਚ ਖੜਿਆ ਰਿਹਾ ਤੇ ਬਾਕੀ ਮੈਜੋਰਿਟੀ ਵਿੱਚ ਕੱਟੜਵਾਦੀ ਲੋਕ ਇਸ ਦੇ ਅਗੇਂਸਟ ਹੋ ਗਏ। ਬਾਲੀਵੁੱਡ ਦੀ ਧੌਣ ਤੇ ਰੱਖੀ ਲੱਤ ਨੀ ਫਿਰੇ ਬੁੱਕ ਦਾ ਪੰਜਾਬ ਲਾ ਕੇ ਪਿੱਠ ਨੀ ਪਿੱਠ ਨੀ। ਲੋਕਾਂ ਨੂੰ ਲੱਗਾ ਸ਼ਬ ਦਾ ਡਾਊਨਫਾਲ ਸ਼ੁਰੂ ਹੋ ਗਿਆ, ਪਰ ਉਸ ਦੇ ਵਿੱਚ ਵੀ ਸ਼ਬ ਦੀ ਐਲਬਮ ਸਟਿਲ ਰੋਲਿੰਗ ਸੁਪਰ ਹਿੱਟ ਗਈ, ਜਿੱਥੇ ਸ਼ਬ ਦੇ ਫਾਲੋਅਰ ਸਨ 8 lakh, ਉਹ ਵੱਧ ਕੇ 13 lakh ਹੋ ਗਏ। ਸਾਡੀ ਹਾਰ ਵੀ ਉਹ ਲੱਗੇ ਜਿੱਤ ਨੀ, ਡਾਊਨਫਾਲ ਵੀ ਤੇ ਚੱਲੇ ਹਿੱਟ ਨੀ। ਇੱਥੋਂ ਤੱਕ ਕਿ ਈਪੀ ਦੇ ਕਵਰ ਆਰਟ ਵਿੱਚ ਵੀ ਸ਼ਬ ਨੇ ਖੁਦ ਨੂੰ ਸ਼ੇਰ ਦਿਖਾਇਆ ਹੈ ਅਤੇ ਉਸ ਦੇ ਨਾਲ ਇੱਕ ਕੁੱਤੀ ਬੈਠੀ ਦਿਖਾਈ ਦੇ ਰਹੀ, ਜਿਸ ਦੇ ਗਲ ਵਿੱਚ ਕੇ ਨਾਮ ਦਾ ਲੌਕਟ ਪਾਇਆ ਹੋਇਆ ਤੇ ਬਾਕੀ ਤੁਸੀਂ ਆਪ ਸਮਝਦਾਰ। ਬਾਹਰ ਲੱਗੀ ਲੈਣ ਕਰੀ ਜੈਕ ਨੀ, ਜ਼ੋਰ ਲਾ ਲਓ ਝੁੱਕਦੀ ਕਦੇ ਵੀ ਨੈਕ ਨੀ।